करो सर जाने बाय बाय विनोद भीरे बाय बाय वाहेगुरु जी का बस 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 वाहेगुरु जी का खालसा वाहेगुरु जी की फतेह। अज साडे बच्चे सारे सब्जियां वाले पासे आए देखण, इधरले पासे तूड़ी दा ढेर देखण आए सी वी संगत वल्लियों भेजी गई तूड़ी किन्नी हो गई आ, चार ट्रालियां आ गईआं साडे कोले तूड़ी दीआं जी। ते तुहाडे नाल अज सांझ पौण लगे आ दुबारा तो फिर साडे कोले जिहड़े डंगर पशु इत्थे रखे होए आ, मझां गावां कट्टियां बच्चियां ते इह दुध देण वाले पशु ने सारे इस पासे, इस पासे दुध देण वालियां गावां वा ते जां जिहड़े कटरू पशु छोटे ने जिहड़े निक्के ओह वाले ने, इत्थे ही साडे कोले जिहड़ियां मझां सूईआं उन्हां दे बच्चे ने, गावां जिहड़ियां इत्थे आ के सूईआं उन्हां दीआं बच्चियां वा जां बच्चे आ, इह दो शाही वाल गावां लईआं हुणे ही, कहिंदे इहनां दा दुध आ जिहड़ा ਉਹ ਇੱਕ ਦਵਾਈ ਦਾ ਕੰਮ ਕਰਦਾ। ਤੇ ਅੱਜ ਇੱਕੋ ਗਾਂ ਵੀਰ ਜੀ ਹੁਣੀ ਦੇ ਕੇ ਗਏ ਨੇ, ਬਹੁਤ ਧੰਨਵਾਦ ਆ ਉਹਨਾਂ ਦਾ ਵੀ। ਇਧਰਲੇ ਪਾਸੇ ਸਾਡਾ ਸ਼ੰਕਰ ਬਾਪੂ ਆ, ਇਹ ਬੱਕਰੀਆਂ ਦੀ ਸੇਵਾ ਕਰ ਰਿਹਾ, ਆ ਬੱਕਰੀਆਂ ਦੀ ਧਾਰ ਚੋਈ ਜਾਂਦਾ ਬਾਈ। ਤੇ ਲਾਈਟ ਤੇ ਲਾਈਟ ਬੱਕਰੀਆਂ ਸਾਡੇ ਕੋਲੇ ਆਈਆਂ ਜੀ ਮੁੱਦਕੀ ਤੋਂ, ਮੁੱਦਕੀ ਤੋਂ ਅਸੀਂ ਗੁੱਡੀ ਨੂੰ ਤੇ ਬਿੰਦਰ ਵੀਰੇ ਨੂੰ ਲੈ ਕੇ ਆਏ ਸੀ। ਉਹਨਾਂ ਦੀਆਂ ਸੱਤ ਬੱਕਰੀਆਂ ਸੀਗੀਆਂ ਤੇ ਉਹ ਵੀਰਾ ਕਹਿੰਦਾ ਆਪਾਂ ਨਾਲ ਹੀ ਲੈ ਕੇ ਜਾਣੀਆਂ ਅਸੀਂ ਤਾਂ, ਤੇ ਉਦੋਂ ਕਹਾ ਉਹਨਾਂ ਦੀ ਸੇਵਾ ਇੱਥੇ ਸ਼ੰਕਰ ਬਾਈ ਨੂੰ ਦਿੱਤੀ ਬਾਬੇ ਨਾਨਕ ਨੇ। ਸ਼ੰਕਰ ਬਾਈ ਸਾਨੂੰ ਪ੍ਰਤਾਪ ਚੌਂਕ ਲੁਧਿਆਣਾ ਤੋਂ ਮਿਲਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ, ਬਹੁਤ ਮਾੜੀ ਹਾਲਤ। ਵੀਰਾ ਠੀਕ ਹੋ ਗਿਆ ਜਦੋਂ ਬੱਕਰੀਆਂ ਆਈਆਂ, ਇਹ ਪਹਿਲਾਂ ਬੱਕਰੀਆਂ ਚਾਰਦਾ ਰਿਹਾ ਕਿਤੇ, ਅੱਗੇ ਪਿੱਛੇ ਕੋਈ ਹੈ ਨਹੀਂ ਪਰਿਵਾਰ 'ਚ ਬਾਈ, ਕਹਿੰਦਾ ਮੇਰੇ ਇਹ ਕਹਿੰਦਾ ਬੱਕਰੀਆਂ ਦਾ ਮੈਂ ਗੇੜਾ ਕਢਾ ਲਿਆ ਕਰੂੰ, ਬੱਕਰੀਆਂ ਨੂੰ ਇਹ ਚਾਰਨ ਲੈ ਜਾਂਦਾ ਰੋਜ਼, ਜਿੰਨਾ ਬੱਕਰੀਆਂ ਦਾ ਦੁੱਧ ਹੁੰਦਾ 4-5 ਲੀਟਰ ਬਾਪੂ ਗੋਪਾਲ ਹੁਣੀ ਜਿਹੜੇ ਥੋੜ੍ਹੇ ਵੀਕ ਨੇ ਬਾਪੂ ਬਜ਼ੁਰਗ ਉਹਨਾਂ ਨੂੰ ਪਿਆਉਂਦੇ ਹਾਂ ਅਸੀਂ, ਅਤੇ ਬੱਕਰੀਆਂ ਅੱਗੇ ਸੂਪੀਆਂ ਉਹਨਾਂ ਨੇ ਅੱਗੇ ਹੋਰ ਪਠੋਰੇ ਦੇ ਤੇ, 7 ਸੀਗੀਆਂ ਹੁਣ ਸਾਡੇ ਕੋਲ 17-18 ਜਾਣੀਆਂ ਬੱਕਰੀਆਂ ਹੋ ਗਈਆਂ ਵਾ। ਆ ਬੱਚੇ ਆ ਛੋਟੇ, ਉਹ ਪਰਲੇ ਪਾਸੇ ਵੱਡੀਆਂ ਬੱਕਰੀਆਂ ਖੜੀਆਂ ਵਾ। ਤੇ ਤੂੜੀ ਦੀ ਬਹੁਤ ਲੋੜ ਆ ਬਾਈ ਜੀ, ਸਾਡੀ ਬੇਨਤੀ ਆ ਸਾਡੇ ਕਿਸਾਨ ਭਰਾਵਾਂ ਨੂੰ। ਹੁਣ ਰੋਤਾ ਕਣਕ ਵੱਢ ਰਹੇ ਹਾਂ ਆਪਾਂ ਤੂੜੀ ਦੀ, ਆਪਾਂ ਨੂੰ ਤੂੜੀ ਜੇ ਤੁਸੀਂ ਬਣਵਾ ਕੇ ਦੇ ਸਕਦੇ ਹੋ ਬਾਈ ਜੀ ਜ਼ਰੂਰ। ਸਾਡਾ ਪਾਲਾ ਬਾਈ ਹੈ ਜਗਰਾਉਂ ਤੋਂ ਕੋਠੇ ਰਾਲਾਂ ਤੋਂ, ਉਹਦਾ ਬਾਈ ਦਾ ਫੋਨ ਆਇਆ ਕਹਿੰਦਾ 3.5 ਕਿੱਲੇ ਬਾਣ ਪਿਆ ਵਾ ਆਹ ਤੂੜੀ ਬਣਾ ਲਓ ਆ ਕੇ, ਹੈ ਨਾ। ਚਲੋ ਸਾਡੇ ਅੱਜ ਕੈਂਪ ਸੀ, ਅਸੀਂ ਕੈਂਪ 'ਚ ਬਿਜੀ ਸੀ, ਹੁਣ ਜਗਰਾਉਂ ਪਹਿਲਾਂ ਮਸ਼ੀਨ ਲੈ ਕੇ ਲੱਭਾਂਗੇ ਜਾ ਕੇ ਤੂੜੀ ਬਣਾਉਣ ਵਾਲੀ, ਅਤੇ ਫਿਰ ਟਰਾਲੀਆਂ ਲਿਆ ਕੇ ਉੱਥੋਂ ਲੈ ਕੇ ਆਵਾਂਗੇ। ਸਾਡੇ ਲਈ ਇਹ ਬੜਾ ਮੁਸ਼ਕਲ ਆ ਵੀ ਜੇ ਕੋਈ ਭੈਣ ਭਰਾ ਸਾਡੇ ਤੂੜੀ ਦੀਆਂ ਟਰਾਲੀਆਂ ਭੇਜ ਸਕਦੇ ਆ, ਇੱਕ ਟਰਾਲੀ ਵੀ ਜੇ ਤੁਸੀਂ ਭੇਜ ਦੇਵੋ ਤਾਂ ਆਉਣ ਵਾਲੇ ਸਮੇਂ 'ਚ ਸਿਆਲ ਸਿਆਲ ਸਾਨੂੰ ਮੁੱਲ ਨਹੀਂ ਲੈਣੀ ਪਊਗੀ। ਤੂੜੀ ਬਹੁਤ ਮਹਿੰਗੀ ਆ, ਮੁੱਲ ਲੈਣੀ ਪਈ ਹੈ ਕਿ ਸਾਨੂੰ, ਅਤੇ ਕਣਕ ਪ੍ਰਸ਼ਾਦਾ ਪਾਣੀ ਅੰਦਰ ਚੱਲਦਾ, ਕਰੀਬ 1.5 ਕੁਇੰਟਲ ਕਣਕ ਰੋਜ਼ ਲੱਗ ਜਾਂਦੀ ਹੈ, ਸਾਡੇ ਆਟਾ ਲੱਗ ਜਾਂਦਾ, ਅਤੇ ਕਣਕ ਵੀ ਜ਼ਰੂਰ ਪਹੁੰਚਦੀ ਕਰਿਓ ਮੇਰੇ ਭੈਣੋ ਅਤੇ ਭਰਾਵੋ। ਇੱਧਰ ਕੈਂਪ ਲੱਗਿਆ ਹੋਇਆ ਅੱਜ, ਅੱਜ 2000 ਮਰੀਜ਼ ਆਇਆ ਸੀ ਇੱਥੇ ਦਵਾਈਆਂ ਲੈਣ, ਜਿਹਦੇ ਵਿੱਚੋਂ ਹਜੇ ਵੀ ਕਰੀਬ 700-800 ਮੈਂਬਰ ਬੈਠੇ ਆ ਜਿਹਨਾਂ ਦੀਆਂ ਦਵਾਈਆਂ ਵੰਡਣੀਆਂ ਬਾਕੀ ਆ ਹਜੇ। ਅਤੇ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਸਾਹਿਬ ਜੀ ਅਤੇ ਵਾਹਿਗੁਰੂ ਕਿਰਪਾ ਕਰਨ, ਤੰਦਰੁਸਤੀਆਂ ਬਖਸ਼ਣ ਸਾਰਿਆਂ ਨੂੰ। ਹੁਣੇ ਇੱਕ ਭੈਣ ਨੂੰ ਲੈ ਕੇ ਆਏ ਹਾਂ ਜਿਹਦੇ ਕੰਨ 'ਚ ਕੀੜੇ ਪਏ ਹੋਏ ਸੀ ਵਿਚਾਰੀ ਦੇ, ਉਹ ਉੱਥੇ ਸੜਕ ਦੇ ਉੱਤੇ ਪਈ ਸੀ ਲੁਧਿਆਣੇ ਸਿਵਲ ਹਸਪਤਾਲ ਦੇ ਬਾਹਰ।
महाराज मेहर कारण सच्चे पातशाह तंदुरुस्तियां बख्शन। सताल भाई जी, खालसा भाई। दवाइया हम पैक हुई जा रही है, महाराज मेहर कारण तंदुरुस्तियां बख्शन सारे। वाहेगुरु जी का खालसा, वाहेगुरु जी की फतेह। मिलते हैं बापू जी की गल।